ਪੁੜਪੜੀ ਚ ਵੱਜਿਆ ਹੋਇਆ ਫੈਰ ਸੁਨਸਾਨ ਇਲਾਕੇ ਦੇ ਵਿੱਚ ਪਈ ਲਾਸ਼ ਦੇਖਣ ਨੂੰ ਲੱਗ ਰਿਹਾ ਸੁਸਾਈਡ ਪਰ ਅਸਲ ਚ ਜਿਤਾਇਆ ਜਾ ਰਿਹਾ ਹੈ ਕਤਲ ਦਾ ਸ਼ੱਕ। ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦਾ ਰਹਿਣ ਵਾਲਾ ਇੱਕ 70 ਸਾਲਾਂ ਦਾ ਵਿਅਕਤੀ ਜਿਸ ਦਾ ਨਾਮ ਨਿਰਮਲ ਸਿੰਘ ਹੈ ਦੱਸ ਦਈਏ ਕਿ ਉਸ ਦੀ ਲਾਸ਼ ਅੱਜ ਜੰਗਲੀ ਇਲਾਕੇ ਦੇ ਵਿੱਚੋਂ ਬਰਾਮਦ ਹੋਈ ਹੈ। ਭੇਤ ਭਰੇ ਹਲਾਸਤਾਂ ਦੇ ਵਿੱਚ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਦੱਸ ਦਈਏ ਕਿ ਉਸ ਦੇ ਪੱਟ ਦੇ ਉੱਤੇ ਉਸਦਾ ਲਾਇਸੈਂਸੀ ਪਿਸਤੌਲ ਵੀ ਪਿਆ ਹੋਇਆ ਸੀ। ਪਹਿਲੀ ਨਜ਼ਰ ਮਾਰੀਏ ਤਾਂ ਇੰਜ ਜਾਪਦਾ ਹੈ ਕਿ ਆਤਮ ਹੱਤਿਆ ਯਾਨੀ ਕਿ ਸੁਸਾਈਡ ਕੀਤਾ ਗਿਆ ਹੈ। ਉੱਥੇ ਦੂਜੇ ਪਾਸੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀਆਂ 'ਤੇ ਸ਼ੱਕ ਕਿਉਂਕਿ ਮੌਕੇ 'ਤੇ ਉਹਨਾਂ ਦਾ ਨਾ ਹੀ ਕੋਈ ਮੋਬਾਈਲ ਫੋਨ ਮਿਲਿਆ ਹੈ ਅਤੇ ਨਾ ਹੀ ਜੇਬ ਦੇ ਵਿੱਚੋਂ ਕੋਈ ਹੋਰ ਸਮਾਨ ਬਰਾਮਦ ਹੋਇਆ ਹੈ। ਪੁਲਿਸ ਵੀ ਮੌਕੇ 'ਤੇ ਪਹੁੰਚੀ। ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲੀ ਕਾਰਨ ਮੌਤ ਦਾ ਕੀ ਹੈ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਸੁਸਾਈਡ ਕੀਤਾ ਗਿਆ ਤਾਂ ਉਸ ਪਿੱਛੇ ਕੀ ਕਾਰਨ ਸੀ ਉਹ ਵੀ ਪੁਲਿਸ ਪਤਾ ਲਗਾਏਗੀ ਅਤੇ ਜੇਕਰ ਹੱਤਿਆ ਕੀਤੀ ਗਈ ਹੈ ਤਾਂ ਉਹ ਵੀ ਜਾਂਚ ਦਾ ਵਿਸ਼ਾ ਹੈ। ਤਾਂ ਵੱਡੀ ਖਬਰ ਹੈ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁੜਪੜੀ ਦੇ ਵਿੱਚ ਫਾਇਰ ਵੱਜੇ ਆ ਜਿਸ ਕਾਰਨ ਇੱਕ 70 ਸਾਲਾਂ ਦੇ ਬਜ਼ੁਰਗ ਦੀ ਮੌਤ ਹੋਈ। ਉਹ ਫਾਇਰ ਉਸਨੇ ਖੁਦ ਮਾਰਿਆ ਕਿ ਕਿਸੇ ਹੋਰ ਦੇ ਵੱਲੋਂ ਉਸ ਨੂੰ ਮਾਰਿਆ ਗਿਆ ਇਹ ਹੁਣ ਜਾਂਚ ਦਾ ਵਿਸ਼ਾ ਹੈ। ਆਓ ਪੁਲਿਸ ਦੇ ਕੋਲੋਂ ਜਾਣਦੇ ਹਾਂ। ਇਹਦਾ ਨਿਰਮਲ ਸਿੰਘ ਭਾਨ ਸਿੰਘ ਕਲੋਨੀ ਦਾ ਉਹਦੇ ਨਾਂ 'ਤੇ ਸ਼ਨਾਖਤ ਹੋਈ ਹੈ। ਅਸੀਂ ਬੋਡੀ ਤੋਂ ਇੱਕ ਵਾਰੀ ਚੁੱਕੀ ਹੋਈ ਹੈ ਉਹਦੇ ਵਾਰਸਾਂ ਨਾਲ ਤਾਲਮੇਲ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਕਾਰਵਾਈ ਉਹਨਾਂ ਦੇ ਬਿਆਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਅੱਗੇ ਅਮਲ 'ਚ ਲਿਆਵਾਂਗੇ। ਹਾਂ ਜਿਹੜਾ ਇੱਕ ਵਾਰੀ ਪ੍ਰਤੱਖ ਤੌਰ 'ਤੇ ਜਿਹੜਾ ਦਿਸ ਰਿਹਾ ਉਹੀ ਐਵੇਂ ਨੇ ਫਾਇਰ ਲੱਗਾ ਹੋਇਆ ਇਹਦਾ ਹਾਂਜੀ ਸੱਜੇ ਪਾਸੇ ਸਿਰ 'ਤੇ ਵੈਪਨ ਮਿਲਿਆ 32 ਬਰ ਵਾਲਾ। ਸਾਨੂੰ ਤਾਂ ਜਾਪਦਾ ਮਰਡਰ ਹੋਇਆ ਕਿਉਂਕਿ ਜਿਵੇਂ ਰਿਵਾਲਵਰ ਪਿਆ ਗਲਤ ਦਿਸ਼ਾ 'ਚ ਪਿਆ ਮੋਬਾਈਲ ਹੈ ਨਹੀਂ ਗਾ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਕੋਈ ਸ਼ੱਕੀ ਹੈ ਗੱਲ। ਕੌਣ ਬੰਦਾ ਸੀ ਕੀ ਇੱਥੇ ਮਤਲਬ ਨਹੀਂ ਅਸੀਂ ਕੋਈ ਨਹੀਂ ਵੇਖਿਆ ਅਸੀਂ ਤੁਹਾਨੂੰ ਸੱਦਿਆ ਤਾਂ ਆਏ ਹਾਂ ਨਿਰਮਲ ਬਰਾੜ ਆ ਨਿਰਮਲ ਬਰਾੜ ਇਹ ਕਿਹੜੇ ਮਹਿਕਮੇ 'ਚ ਕੰਮ ਕਰਦਾ ਸੀ ਬੰਦਾ ਜੀ ਕੋਪਟ ਇੰਸਪੈਕਟਰ ਰਿਟਾਇਰ ਹੋਇਆ ਅਤੇ ਫੈਮਿਲੀ 'ਚ ਕੌਣ ਹੋਇਆ ਜੀ ਫੈਮਿਲੀ ਇਹਦਾ ਬੇਟਾ ਆਸਟ੍ਰੇਲੀਆ ਹੈਗਾ ਨਿਊਜ਼ੀਲੈਂਡ ਆ ਬੇਟੀ ਇਹਦੀ ਕਨੇਡਾ। ਪੁੜਪੜੀ 'ਚ ਵੱਜਿਆ ਹੋਇਆ ਫੈਰ ਸੁਨਸਾਨ ਇਲਾਕੇ ਦੇ ਵਿੱਚ ਪਈ ਲਾਸ਼ ਦੇਖਣ ਨੂੰ ਲੱਗ ਰਿਹਾ ਸੁਸਾਈਡ ਪਰ ਅਸਲ 'ਚ ਜਿਤਾਇਆ ਜਾ ਰਿਹਾ ਹੈ ਕਤਲ ਦਾ ਸ਼ੱਕ। ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦਾ ਰਹਿਣ ਵਾਲਾ ਇੱਕ 70 ਸਾਲਾਂ ਦਾ ਵਿਅਕਤੀ ਜਿਸ ਦਾ ਨਾਮ ਨਿਰਮਲ ਸਿੰਘ ਹੈ ਦੱਸ ਦਈਏ ਕਿ ਉਸ ਦੀ ਲਾਸ਼ ਅੱਜ ਜੰਗਲੀ ਇਲਾਕੇ ਦੇ ਵਿੱਚੋਂ ਬਰਾਮਦ ਹੋਈ ਹੈ। ਭੇਤ ਭਰੇ ਹਲਾਸਤਾਂ ਦੇ ਵਿੱਚ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਦੱਸ ਦਈਏ ਕਿ ਉਸਦੇ ਪੱਟ ਦੇ ਉੱਤੇ ਉਸਦਾ ਲਾਇਸੈਂਸੀ ਪਿਸਤੌਲ ਵੀ ਪਿਆ ਹੋਇਆ ਸੀ। ਪਹਿਲੀ ਨਜ਼ਰ ਮਾਰੀਏ ਤਾਂ ਇੰਜ ਜਾਪਦਾ ਹੈ ਕਿ ਆਤਮ ਹੱਤਿਆ ਯਾਨੀ ਕਿ ਸੁਸਾਈਡ ਕੀਤਾ ਗਿਆ ਹੈ। ਉੱਥੇ ਦੂਜੇ ਪਾਸੇ ਮ੍ਰਿਤਕ ਨਿਰਮਲ ਸਿੰਘ ਦੇ ਗੁਆਂਢੀਆਂ 'ਤੇ ਸ਼ੱਕ ਕਿਉਂਕਿ ਮੌਕੇ 'ਤੇ ਉਹਨਾਂ ਦਾ ਨਾ ਹੀ ਕੋਈ ਮੋਬਾਈਲ ਫੋਨ ਮਿਲਿਆ ਹੈ ਅਤੇ ਨਾ ਹੀ ਜੇਬ ਦੇ ਵਿੱਚੋਂ ਕੋਈ ਹੋਰ ਸਮਾਨ ਬਰਾਮਦ ਹੋਇਆ ਹੈ। ਪੁਲਿਸ ਵੀ ਮੌਕੇ 'ਤੇ ਪਹੁੰਚੀ। ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲੀ ਕਾਰਨ ਮੌਤ ਦਾ ਕੀ ਹੈ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਸੁਸਾਈਡ ਕੀਤਾ ਗਿਆ ਤਾਂ ਉਸ ਪਿੱਛੇ ਕੀ ਕਾਰਨ ਸੀ ਉਹ ਵੀ ਪੁਲਿਸ ਪਤਾ ਲਗਾਏਗੀ ਅਤੇ ਜੇਕਰ ਹੱਤਿਆ ਕੀਤੀ ਗਈ ਹੈ ਤਾਂ ਉਹ ਵੀ ਜਾਂਚ ਦਾ ਵਿਸ਼ਾ ਹੈ। ਤਾਂ ਵੱਡੀ ਖਬਰ ਹੈ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁੜਪੜੀ ਦੇ ਵਿੱਚ ਫਾਇਰ ਵੱਜੇ ਆ ਜਿਸ ਕਾਰਨ ਇੱਕ 70 ਸਾਲਾਂ ਦੇ ਬਜ਼ੁਰਗ ਦੀ ਮੌਤ ਹੋਈ। ਉਹ ਫਾਇਰ ਉਸਨੇ ਖੁਦ ਮਾਰਿਆ ਕਿ ਕਿਸੇ ਹੋਰ ਦੇ ਵੱਲੋਂ ਉਸ ਨੂੰ ਮਾਰਿਆ ਗਿਆ ਇਹ ਹੁਣ ਜਾਂਚ ਦਾ ਵਿਸ਼ਾ ਹੈ। ਆਓ ਪੁਲਿਸ ਦੇ ਕੋਲੋਂ ਜਾਣਦੇ ਹਾਂ। ਇਹਦਾ ਨਿਰਮਲ ਸਿੰਘ ਭਾਨ ਸਿੰਘ ਕਲੋਨੀ ਦਾ ਉਹਦੇ ਨਾਂ 'ਤੇ ਸ਼ਨਾਖਤ ਹੋਈ ਹੈ। ਅਸੀਂ ਬੋਡੀ ਤੋਂ ਇੱਕ ਵਾਰੀ ਚੁੱਕੀ ਹੋਈ ਹੈ ਉਹਦੇ ਵਾਰਸਾਂ ਨਾਲ ਤਾਲਮੇਲ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਕਾਰਵਾਈ ਉਹਨਾਂ ਦੇ ਬਿਆਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਅੱਗੇ ਅਮਲ 'ਚ ਲਿਆਵਾਂਗੇ। ਹਾਂ ਜਿਹੜਾ ਇੱਕ ਵਾਰੀ ਪ੍ਰਤੱਖ ਤੌਰ 'ਤੇ ਜਿਹੜਾ ਦਿਸ ਰਿਹਾ ਉਹੀ ਐਵੇਂ ਨੇ ਫਾਇਰ ਲੱਗਾ ਹੋਇਆ ਇਹਦਾ ਹਾਂਜੀ ਸੱਜੇ ਪਾਸੇ ਸਿਰ 'ਤੇ ਵੈਪਨ ਮਿਲਿਆ 32 ਬਰ ਵਾਲਾ। ਸਾਨੂੰ ਤਾਂ ਜਾਪਦਾ ਮਰਡਰ ਹੋਇਆ ਕਿਉਂਕਿ ਜਿਵੇਂ ਰਿਵਾਲਵਰ ਪਿਆ ਗਲਤ ਦਿਸ਼ਾ 'ਚ ਪਿਆ ਮੋਬਾਈਲ ਹੈ ਨਹੀਂ ਗਾ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਕੋਈ ਸ਼ੱਕੀ ਹੈ ਗੱਲ। ਕੌਣ ਬੰਦਾ ਸੀ ਕੀ ਇੱਥੇ ਮਤਲਬ ਨਹੀਂ ਅਸੀਂ ਕੋਈ ਨਹੀਂ ਵੇਖਿਆ ਅਸੀਂ ਤੁਹਾਨੂੰ ਸਾਨੂੰ ਸੱਦਿਆ ਤਾਂ ਆਏ ਹਾਂ ਨਿਰਮਲ ਬਰਾੜ ਆ ਨਿਰਮਲ ਬਰਾੜ ਕਿਹੜੇ ਮਹਿਕਮੇ 'ਚ ਕੰਮ ਕਰਦਾ ਸੀ ਬੰਦਾ ਜੀ ਕੋਪਟ ਇੰਸਪੈਕਟਰ ਰਿਟਾਇਰ ਹੋਇਆ ਅਤੇ ਫੈਮਿਲੀ 'ਚ ਕੌਣ ਹੋਇਆ ਜੀ ਫੈਮਿਲੀ ਇਹਦਾ ਬੇਟਾ ਆਸਟ੍ਰੇਲੀਆ ਹੈਗਾ ਨਿਊਜ਼ੀਲੈਂਡ ਆ ਬੇਟੀ ਇਹਦੀ ਕਨੇਡਾ।